ਅੱਧੀ ਸਾਂਝ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਮੈਂ ਸਰਵੀਰ ਕੌਰ ਇਸ ਚੈਨਲ ਰਾਹੀਂ ਇੱਕ ਛੋਟਾ ਜਿਹਾ ਉਪਰਾਲਾ ਕਰ ਰਹੀ ਹਾਂ, ਪੰਜਾਬੀ ਸਾਹਿਤ ਦੀਆਂ ਚੋਣਵੀਆਂ ਰਚਨਾਵਾਂ ਨੂੰ ਤੁਹਾਡੇ ਤੱਕ ਨਵੇਂ ਰੂਪ ਵਿੱਚ ਪਹੁੰਚਾਉਣ ਦਾ। ਇਹ ਰਚਨਾਵਾਂ ਪੰਜਾਬੀ ਭਾਸ਼ਾ ਦੇ ਨਾਲ ਨਾਲ ਅਨੁਵਾਦਿਤ ਵੀ ਹੋ ਸਕਦੀਆਂ ਨੇ। ਅੱਜ ਪਹਿਲੀ ਕੋਸ਼ਿਸ਼ ਕਰ ਰਹੇ ਹਾਂ ਇੱਕ ਅਨੁਵਾਦਿਤ ਰਚਨਾ ਤੋਂ, ਕਰਫਿਊ ਨਾਂ ਦੀ ਕਵਿਤਾ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਮੂਲ ਲੇਖਕ ਦਾ ਨਾਮ ਨਹੀਂ ਪਤਾ ਲੱਗ ਰਿਹਾ, ਪਰ ਪੰਜਾਬੀ 'ਚ ਹਰਫ ਦੇ ਨਾਂ ਥੱਲੇ ਅਨੁਵਾਦਿਤ ਹੋਈ ਹੈ। ਕਸ਼ਮੀਰ ਦੇ ਲੋਕ ਲੰਬੇ ਸਮੇਂ ਤੋਂ ਕਰਫਿਊ ਦੇ ਹਾਲਾਤਾਂ ਵਿੱਚ ਜਿਉ ਰਹੇ ਨੇ। ਖੁੱਲੀਆਂ ਹਵਾਵਾਂ 'ਚ ਸਾਹ ਲੈਣ 'ਤੇ ਪਾਬੰਦੀ ਹੈ। ਪੂਰੇ ਭਾਰਤ 'ਚ ਇਸ ਸਮੇਂ ਕੋਰੋਨਾ ਵਾਇਰਸ ਕਾਰਨ ਲੋਕਡਾਊਨ ਦੀ ਸਥਿਤੀ ਹੈ। ਇਸ ਮਾਹੌਲ 'ਚ ਅਸੀਂ ਕਸ਼ਮੀਰ ਦੇ ਲੋਕਾਂ ਦੇ ਦਰਦ ਨੂੰ ਮਹਿਸੂਸ ਕਰ ਸਕਦੇ ਹਾਂ ਕਿ ਬੰਦਿਸ਼ਾਂ ਭਰੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ। ਨਾਲ ਹੀ ਇਸ ਕਵਿਤਾ ਰਾਹੀਂ ਕੁਝ ਸੁਝਾਅ ਨੇ ਕਿ ਕਰਫਿਊ ਦੇ ਹਾਲਾਤਾਂ ਵਿੱਚ ਕਿਵੇਂ ਜਿਉਣਾ ਹੈ। ਸੋ ਪੇਸ਼ ਹੈ ਤੁਹਾਡੀ ਨਜ਼ਰ ਅਨੁਵਾਦਿਤ ਕਵਿਤਾ ਕਰਫਿਊ। ਇੱਕ ਕਸ਼ਮੀਰੀ ਦੋਸਤ ਦਾ ਸੁਨੇਹਾ ਆਇਆ ਹੈ, ਆਖਦਾ ਹੈ, ਕਰਫਿਊ 'ਚ ਇਹਤਿਆਤ ਨਾਲ ਰਹੋ, ਕਰਫਿਊ 'ਚ ਇਹਤਿਆਤ ਨਾਲ ਰਹੋ, ਪਾਣੀ ਘੱਟ ਡੋਲਿਓ, ਲੂਣ ਘੱਟ ਖਾਇਓ। ਕੇਸਰ ਨਾਲ ਚਾਹ ਵੀ ਬਣ ਸਕਦੀ ਹੈ, ਆਟੇ 'ਚ ਲੂਣ ਰਲਾ, ਨਾਲ ਪਾਣੀ ਉਬਾਲ ਕੇ ਵੀ ਰੋਟੀ ਖਾਧੀ ਜਾ ਸਕਦੀ ਹੈ। ਚੌਲਾਂ ਦੀ ਪਿੱਛ ਨੂੰ ਤੜਕਾ ਲਾ, ਇੱਕ ਡੰਗ ਦੀ ਕੜੀ ਬਣ ਸਕਦੀ ਹੈ। ਦੋ ਟੱਬਰ ਇੱਕ ਚੁੱਲ੍ਹੇ ਤੇ ਰੋਟੀ ਪਕਾਉਣ, ਸਾਂਝੀਆਂ ਲੱਕੜਾਂ ਬਾਲਣ ਤੇ ਇਕੱਠਿਆਂ ਬੈਠ ਖਾਣ, ਇਉਂ ਬਰਕਤ ਰਹਿੰਦੀ ਹੈ। ਚੌਲਾਂ ਦਾ ਗੱਟਾ, ਤੇਲ ਦੀ ਬੋਤਲ ਵੱਧ ਦਿਨ ਕੱਟਦੀ ਹੈ। ਮਾਂ ਦੀ ਦਵਾਈ ਮੁੱਕ ਗਈ ਤਾਂ ਪਾਣੀ 'ਚ ਹਲਦੀ ਘੋਲਣ ਨਾਲ ਰਾਹਤ ਮਿਲੂ, ਮਾਂ ਦੀ ਦਵਾਈ ਮੁੱਕ ਗਈ ਤਾਂ ਪਾਣੀ 'ਚ ਹਲਦੀ ਘੋਲਣ ਨਾਲ ਰਾਹਤ ਮਿਲੂ। ਬਾਪੂ ਦੇ ਗੋਡਿਆਂ 'ਤੇ ਕੋਸਾ ਘਿਓ ਮਲਿਓ, ਬੱਚੇ ਘੁੰਮਣ ਦੀ ਜ਼ਿੱਦ ਕਰੇ ਨਾ ਤਾਂ ਕਨੇੜੇ 'ਤੇ ਚੜ੍ਹਾ ਕੇ ਵਿਹੜੇ 'ਚ ਘੁਮਾ ਦਿਓ। ਖਿੜਕੀ ਥਾਈਂ ਗੁਆਂਢੀ ਨਾਲ ਗੱਲ ਕਰਦੇ ਰਹੋ, ਕੁਛ ਮਲੂਕ ਦਿਲਾਂ ਦੇ ਹੁੰਦੇ ਆ, ਦਿਲਾਸੇ ਦਿੰਦੇ ਰਹੋ। ਉਧਾਰ ਲੈਣ 'ਚ ਸ਼ਰਮ ਮਹਿਸੂਸ ਨਾ ਕਰਿਓ, ਦਹਿਸ਼ਤ ਮਗਰੋਂ ਅਮਨ ਵੇਲੇ ਮੋੜ ਦਿਓ। ਕਿਸੇ ਨਾਕੇ ਤੇ ਪੁਲਿਸ ਪੁੱਛੇ ਤਾਂ ਹਾਂ ਜੀ ਨਾ ਜੀ 'ਚ ਹੀ ਜਵਾਬ ਦਿਓ। ਕਿਸੇ ਨਾਕੇ ਤੇ ਪੁਲਿਸ ਪੁੱਛੇ ਤਾਂ ਹਾਂ ਜੀ ਨਾ ਜੀ 'ਚ ਹੀ ਜਵਾਬ ਦਿਓ। ਆਧਾਰ, ਵੋਟ ਕਾਰਡ ਤੇ ਲਾਇਸੈਂਸ ਜੇਬ 'ਚ ਰੱਖਿਓ, ਤੇ ਹੋਰ ਕਈ ਗੱਲਾਂ ਨੇ ਜੋ ਤੈਨੂੰ ਸਿੱਖਣੀਆਂ ਪੈਣੀਆਂ ਨੇ। ਥੋੜੇ ਦਿਨਾਂ ਦੀ ਤਾਂ ਗੱਲ ਹੈ, ਤੁਸੀਂ ਕਿਹੜਾ ਸਾਡੇ ਵਾਂਗ ਕਰਫਿਊ 'ਚ ਉਮਰ ਬਿਤਾਉਣੀ ਹੈ। ਬਹੁਤ ਬਹੁਤ ਸ਼ੁਕਰੀਆ।